ਸਕਦੇ ਹੋ ਹਰਮਨ ਦੇ ਪਿਤਾ ਜੀ ਜੋ ਇੱਥੇ ਪਹੁੰਚੇ ਨੇ ਤਾਂ ਇਹ ਤਸਵੀਰਾਂ। ਸਤਿ ਸ੍ਰੀ ਅਕਾਲ, ਠੀਕ ਠਾਕ ਜੀ? ਇਧਰ ਆਓ, ਅੰਦਰ ਆਓ, ਆਰਾਮ ਨਾਲ। ਇਹ ਬੇਟੇ ਨੂੰ ਮਿਲ ਕੇ ਬਹੁਤ ਹੀ ਮਿਹਰਬਾਨੀ, ਬਹੁਤ ਬਹੁਤ ਵਧਾਈਆਂ। ਦੇਖ ਸਕਦੇ ਹੋ ਕਿ ਆਪਣੇ ਪਿਤਾ ਜੀ ਨੂੰ ਗੱਲ ਲਾ ਕੇ ਬਹੁਤ ਹੀ ਭਾਵਕ ਹੋ ਰਹੇ ਨੇ। ਤਾਂ ਇਹ ਤਸਵੀਰਾਂ ਦੇਖੋ ਜੀ, ਪਵਿੱਤਰ ਧਰਤੀ ਆ ਪੰਜਾਬ ਦੀ, ਬਹੁਤ ਮਾਣ ਵਾਲੀ ਗੱਲ ਆ ਕਿ ਆਪਣੇ ਮੁੰਡੇ ਇੱਥੋਂ ਜ਼ਿਆਦਾ ਤੋਂ ਜ਼ਿਆਦਾ ਮੁੰਡੇ ਸੀਗੇ ਆਪਣੇ, ਅਤੇ ਸਾਰਿਆਂ ਨੇ ਬਹੁਤ ਵਧੀਆ ਗੇਮ ਵਿਖਾਈ ਆ, ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਇਹ ਫਿਰ ਮੈਡਲ ਜਿੱਤਿਆ ਬੈਕ ਟੂ ਬੈਕ, ਸਾਡੇ ਲਈ ਬਹੁਤ ਵੱਡੀ ਗੱਲ ਹੈ ਜੀ। ਜੀ ਬਿਲਕੁਲ ਬਿਲਕੁਲ ਜੀ, ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਜਦੋਂ ਵੀ ਅਸੀਂ ਮੈਚ ਖੇਡਣ ਗਏ ਹਾਂ ਜਾਂ ਕੋਈ ਵੱਡਾ ਟੂਰਨਾਮੈਂਟ ਖੇਡਣ ਗਏ ਹਾਂ ਕਿ ਜਦ ਵੀ ਗਰਾਊਂਡ 'ਚ ਜਾਈਏ ਵਧੀਆ ਪਰਫਾਰਮੈਂਸ ਕਰੀਏ, ਦੇਸ਼ ਲਈ ਮੈਡਲ ਲੈ ਕੇ ਆਈਏ, ਵਧੀਆ ਤੋਂ ਵਧੀਆ ਮੈਡਲ ਲੈ ਕੇ ਆਈਏ। ਹਾਂ, ਵੱਡੇ ਸਰਪੰਚ ਸਾਹਿਬ ਸਾਡੇ ਨਾਲ ਹੈ ਜੀ, ਬਿਲਕੁਲ ਜੀ। ਹਾਂਜੀ, ਦੱਸ ਨਹੀਂ ਸਕਦੇ ਕੋ ਜਿੰਨੀ ਮਰ ਹੈ ਜੀ, ਬਹੁਤ ਖੁਸ਼ੀ। ਦੇਖ ਸਕਦੇ ਹੋ ਕਿ ਸਾਰੀ ਟੀਮ ਇੱਥੇ ਮੌਜੂਦ ਹੈ, ਤਾਂ ਕਪਤਾਨ ਹਰਮਨਪ੍ਰੀਤ ਹੋਣਾ ਦੀਆਂ ਵੀ ਅੱਖਾਂ ਭਾਵਕ ਨੇ, ਤਾਂ ਉਹਨਾਂ ਦੇ ਪਿਤਾ ਜੀ ਜੋ ਨੇ ਉਹ ਵੀ ਕਾਫੀ ਭਾਵਕ ਨੇ। ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮੰਤਰੀ ਸਾਹਿਬਾਨ ਇੱਥੇ ਪਹੁੰਚੇ ਹੋਏ ਨੇ, ਉੱਥੇ ਹੀ ਮੈਂਬਰ ਪਾਰਲੀਮੈਂਟ ਉਹ ਵੀ ਇੱਥੇ ਮੌਜੂਦ ਨੇ। ਤਾਂ ਜ਼ਰੂਰ ਖਿਡਾਰੀਆਂ ਦੇ ਨਾਲ, ਬਾਕੀ ਖਿਡਾਰੀਆਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਦੇ ਹਾਂ ਕਿ ਅੱਜ ਦੇ ਦਿਨ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ, ਕਿਉਂਕਿ ਕਾਫੀ ਉਤਸ਼ਾਹ ਉਹਨਾਂ ਨੂੰ ਲੈ ਕੇ ਜੋ ਕਾਫੀ ਉਤਸ਼ਾਹ ਗੁਰੂ ਨਗਰੀ ਦੇ ਲੋਕ, ਪੰਜਾਬ ਦੇ ਜੋ ਲੋਕ ਹੈਗੇ ਨੇ, ਵਾਸੀ ਹੈਗੇ ਨੇ, ਪੰਜਾਬ ਵਾਸੀ, ਉਹਨਾਂ ਦੇ ਮਨਾਂ 'ਚ ਹੈਗਾ। ਤਾਂ ਇਹ ਵੀ ਵੇਖ ਸਕਦੇ ਹੋ ਕਿ ਹੋਰ ਵੀ ਖਿਡਾਰੀ ਜੋ ਸਾਡੇ ਨਾਲ ਮੌਜੂਦ ਨੇ। ਤਾਂ ਇਹ ਵੇਖੋ, ਸਨਮਾਨਿਤ ਹਰ ਇੱਕ ਨੂੰ ਸਨਮਾਨਿਤ ਕੀਤਾ ਗਿਆ, ਜਿੰਨੇ ਵੀ ਖਿਡਾਰੀ ਸੀਗੇ ਸਭ ਨੂੰ ਸਨਮਾਨਿਤ ਇੱਥੇ ਕੀਤਾ ਗਿਆ। ਤਾਂ ਇਹ ਵੇਖ ਸਕਦੇ ਹੋ ਕਿ ਅਹਿਮ ਐਕਸਕਲੂਸਿਵ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਹਾਡੇ ਨਾਲ ਕਿ ਕਿਸ ਪੱਧਰ ਤੇ ਜੋ ਟੀਮ ਇੱਥੇ ਪਹੁੰਚੀ ਹੈ ਤੇ ਕਿੰਨਾ ਜ਼ਿਆਦਾ ਉਤਸ਼ਾਹ ਇਸ ਟੀਮ ਨੂੰ ਲੈ ਕੇ ਅੱਜ